ਕਿਸਾਨ ਦੋਸਤੋ 10 April 2021 ਤੋਂ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਲੱਗੀ ਹੈ ਤੇ ਇਸ ਵਾਰ 쿠ਪਨ ਦੇ ਰਾਈ ਜਿਹੜਾ ਹੈਗਾ 쿠ਪਨ ਮਿਲਣਗੇ ਤਾਂ ਇਹ ਸਾਰੇ ਦੇ ਸੰਬੰਧ ਵਿੱਚ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਵੱਲੋਂ ਸਾਰੇ ਹੀ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਸਹਾਇਤਾ ਦੇ ਨਾਲ ਗੱਲ ਕਰ ਰਿਹਾ ਜੋ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਪਰ ਇਹ ਦਿੱਤਾ ਹੈ ਤਾਂ ਇਹਨਾਂ ਦੇ ਅਨੁਸਾਰ ਸਾਡੇ ਮਾਰਕੀਟ ਕਮੇਟੀ ਦੇ ਜੋ ਚੇਅਰਮੈਨ ਨੇ ਸਰਦਾਰ ਲਾਲ ਸਿੰਘ ਉਹਨਾਂ ਨੇ ਇੱਕ ਰੀਵਿਊ ਮੀਟਿੰਗ ਅੱਜ ਯਾਨੀ ਕਿ 1 April 2021 ਨੂੰ ਕੀਤੀ ਤੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 3972 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਜਿੱਥੇ ਕਿ 10 April ਤੋਂ ਸਰਕਾਰੀ ਖਰੀਦ ਸ਼ੁਰੂ ਹੋਊਗੀ ਤੇ ਅਸੀਂ ਸਾਰੇ ਇੰਤਜ਼ਾਮ ਕਰ ਲਏ ਆ। ਜਿਸ ਤਰ੍ਹਾਂ ਤੁਹਾਨੂੰ ਅੱਜ ਖ਼ਬਰ ਮਿਲ ਗਈ ਹੋਵੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਕੋਵਿਡ-19 ਦੇ ਕੇਸ ਇਸੇ ਤਰੀਕੇ ਨਾਲ ਵਧਦੇ ਗਏ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਸਖਤੀ ਕੀਤੀ ਜਾਊਗੀ ਤਾਂ ਇਹ ਜਿਹੜਾ ਕੋਵਿਡ-19 ਦਾ ਜਨ ਹੈ ਇਹਦਾ ਅਸਰ ਸਾਡੀ ਕਣਕ ਦੀ ਖਰੀਦ ਦੇ ਉੱਤੇ ਵੀ ਹੋਣ ਵਾਲਾ ਹੈ ਤਾਂ ਇਸ ਦੇ ਲਈ ਇਹਨਾਂ ਨੇ ਕੀ ਕਿਹਾ ਹੈ ਪਹਿਲਾਂ ਤਾਂ ਇਹਨਾਂ ਨੇ ਇਹ ਸਾਫ਼ ਤੇ ਸਪਸ਼ਟ ਕੀਤਾ ਹੈ ਕਿ ਕੋਸ਼ਿਸ਼ ਕੀਤੀ ਜਾਏਗੀ ਕਿ 12 ਘੰਟੇ ਦੇ ਵਿੱਚ ਕਿਸਾਨ ਨੂੰ ਫ੍ਰੀ ਕਰ ਦਿੱਤਾ ਜਾਵੇ ਤੇ ਜੇਕਰ ਕੋਈ ਇਸ ਤਰ੍ਹਾਂ ਦੀਆਂ ਅਲੱਗ ਕੰਡੀਸ਼ਨ ਬਣਦੀਆਂ ਤਾਂ ਫਿਰ ਕਿਸੇ ਵੀ ਕੇਸ ਦੇ ਵਿੱਚ 48 ਘੰਟੇ ਤੋਂ ਵੱਧ ਕਿਸਾਨ ਦਾ ਜਿਹੜਾ ਹੈਗਾ ਟਾਈਮ ਨਹੀਂ ਲਗਾਇਆ ਜਾਏਗਾ 48 ਘੰਟੇ ਕੇਵਲ ਐਕਸੈਪਸ਼ਨਲ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਆਮ ਤੌਰ ਤੇ ਕਿਸਾਨ ਨੂੰ 12 ਘੰਟੇ ਦੇ ਵਿੱਚ ਫ੍ਰੀ ਕੀਤਾ ਜਾਊਗਾ ਮੰਡੀ ਦੇ ਵਿੱਚ ਜਿਵੇਂ ਪਿਛਲੀ ਵਾਰੀ ਕਣਕ ਦੇ ਵਿੱਚ ਇਹਨਾਂ ਨੇ 30x30 ਫੁੱਟ ਦੇ ਮਾਰਕਿੰਗ ਕੀਤੀ ਡੱਬੇ ਬਣਾਏ ਸੀਗੇ ਉਸੇ ਤਰੀਕੇ ਨਾਲ ਡੱਬੇ ਬਣਾਏ ਹੋਣਗੇ ਉਹਨਾਂ ਡੱਬਿਆਂ ਦੇ ਵਿੱਚ ਆਪਾਂ ਕਣਕ ਉਤਾਰਨੀ ਹੋਊਗੀ ਤੇ ਆਪਾਂ ਨੂੰ 쿠ਪਨ ਮਿਲੇਗਾ ਹਰ ਇੱਕ ਟਰਾਲੀ ਦੇ ਲਈ ਇੱਕ 쿠ਪਨ ਦਿੱਤਾ ਜਾਊਗਾ 쿠ਪਨ 24 ਘੰਟੇ ਆਸਤੇ ਵੈਲਿਡ ਹੋਏਗਾ ਠੀਕ ਹੈ ਜੀ ਇੱਕ 쿠ਪਨ ਤੇ ਇੱਕ ਟਰਾਲੀ ਤੇ ਇਹ 쿠ਪਨ ਮਿਲੇਗਾ ਆਪਾਂ ਨੂੰ ਆੜਤੀਏ ਦੇ ਕੋਲੋਂ ਇਹ 쿠ਪਨ ਆੜਤੀਏ ਦੇ ਕੋਲੋਂ ਮਿਲੇਗਾ ਆੜਤੀਏ ਨੂੰ ਜਿਹੜਾ ਹੈਗਾ ਮੰਡੀ ਬੋਰਡ ਵੱਲੋਂ 쿠ਪਨ ਪ੍ਰਾਪਤ ਕਰਾਈ ਜਾਣਗੇ ਤੇ ਉਹ 쿠ਪਨ ਲੈ ਕੇ ਪਿਛਲੇ ਸਾਲ ਦੀ ਤਰ੍ਹਾਂ ਹੀ ਆਪਾਂ ਕਣਕ ਲੈ ਕੇ ਜਾਵਾਂਗੇ ਤੇ 쿠폰 ਸੰਬੰਧੀ ਜਾਣਕਾਰੀ ਦੇ ਲਈ ਤੁਸੀਂ ਆਪਣੇ ਮੋਬਾਈਲ ਦੇ ਉਪਰ ਆਇ ਇੱਕ ਐਪ ਦਿੱਤੀ ਇਹਨਾਂ ਨੇ EPMB ਇਹ ਐਪ ਡਾਊਨਲੋਡ ਕਰ ਸਕਦੇ ਹੋ ਇਸ ਐਪ ਤੋਂ ਤੁਹਾਨੂੰ ਜਿਹੜੀ ਹੈਗੀ 쿠폰 ਸੰਬੰਧੀ ਹੋਰ ਜਾਣਕਾਰੀ ਮਿਲ ਜਾਏਗੀ ਬਾਕੀ ਮੰਡੀ ਦੇ ਵਿੱਚ ਮਾਸਕ ਪਾ ਕੇ ਜਾਣਾ ਪਏਗਾ ਤੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਜਿਵੇਂ ਪਿਛਲੀ ਵਾਰੀ ਇੰਤਜ਼ਾਮ ਇਹਨਾਂ ਦੇ ਸੀਗੇ ਮੰਡੀ ਦੇ ਵਿੱਚ ਸੈਨੀਟਾਈਜ਼ਰ ਸਾਫ਼ ਪਾਣੀ ਟਾਇਲਟ ਉਹ ਸਾਰੀਆਂ ਚੀਜ਼ਾਂ ਮਹੀਆ ਕਰਾਈਆਂ ਜਾਣਗੀਆਂ ਉਹ ਜਿਸ ਤਰੀਕੇ ਦਾ ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ ਮਿਲ ਰਿਹਾ ਮੇਰੇ ਖਿਆਲ ਚ ਉਸੇ ਤਰੀਕੇ ਦਾ ਸਭ ਕੁਝ ਹੋਏਗਾ ਮੇਨ ਗੱਲ ਇਹ ਹੈਗੀ ਹੈ ਕਿ ਕਣਕ ਦੇ ਲਈ ਸਾਨੂੰ ਕੂਪਨ ਮਿਲਣਗੇ ਇੱਕ ਟਰਾਲੀ ਇੱਕ ਕੂਪਨ ਤੇ ਕੂਪਨ 24 ਘੰਟੇ ਲਈ ਵੈਲਿਡ ਹੋਊਗਾ ਇਹ ਕੂਪਨ ਸਾਨੂੰ ਆਪਣੇ ਆੜਤੀਆਰ ਕੋਲੋਂ ਮਿਲੇਗਾ ਤੇ ਨਾਲ ਹੀ ਇਹਨਾਂ ਨੇ ਕਿਸਾਨਾਂ ਨੂੰ ਇਹੇ ਕਿਹਾ ਕਿ ਭਾਈ ਕਣਕ ਵੜ ਕੇ ਇੱਕ ਦਾ ਮੰਡੀ ਚ ਨਾ ਲਿਆਇਓ ਜੋ ਕੁਛ ਜਿਹੜੇ ਕਣਕ ਹੈ ਘਰੇ ਸਟੋਰ ਕਰੋ ਤੇ ਹੌਲੀ-ਹੌਲੀ ਉਹ ਕੋ ਮੰਡੀ ਨੂੰ ਲੈ ਕੇ ਜਾਓ ਤੇ ਜੇ ਇਸ ਸੰਬੰਧੀ ਹਜੇ ਹੋਰ ਕਈ ਗਾਈਡਲਾਈਨ ਆਉਣਗੀਆਂ ਕਾਫੀ ਅਪ ਐਂਡ ਡਾਊਨ ਹੋਏਗੀ ਤਾਂ ਉਹ ਟਾਈਮ-ਟਾਈਮ ਤੇ ਜਿਸ ਤਰ੍ਹਾਂ ਸਰਕਾਰ ਇਸ ਬਾਰੇ ਨਵੀਆਂ ਹਦਾਇਤਾਂ ਜਾਰੀ ਕਰਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ